ਅਲੈਗਜ਼ੈਂਡਰ ਨੇ ਬਾਲੀ ਹੱਥ ਚੱਕੀ ਸੀ ਬਾਈ ਤੇ ਅਲੈਗਜ਼ੈਂਡਰ ਦੇ ਸਿੰਘ ਥਾਪੜੇ ਸੀ ਆ ਕੇ ਪੌਰਸ ਨੇ ਤੇ ਪੌਰਸ ਦੇ ਮੁੰਡੇ ਦਾ ਨਾਂ ਸੀ ਮਾਲਿਆ ਕੇਤੂ ਤੇ ਉਹਦੀ ਘਰਵਾਲੀ ਦਾ ਨਾਂ ਸੀ ਕੀ ਸੀ ਘਰਵਾਲੀ ਦਾ ਨਾਂ ਸੀ ਲਾਚੀ ਸੋਹਣਾ ਨਾਂ ਸੀ ਯਾਰ ਬਾਪੂ ਰੋਟੀ ਉਹ ਭਾਈ ਮੀਟ ਚ ਪੋਟਾ ਨਹੀਂ ਆਇਆ ਉਹ ਤਾਂ ਬਾਪੂ ਜੀ ਮੈਂ ਕੱਢ ਕੇ ਰੱਖਤਾ ਸੀ ਪਾਸੇ ਤੇ ਮੈਨੂੰ ਆਏ ਸੀ ਵੀ ਇਹਦਾ ਕੀ ਖਾਣਾ ਉਹ ਭਾਈ ਉਹੀ ਤਾਂ ਅਸਲੀ ਚੀਜ਼ ਹੁੰਦੀ ਆ ਖਾਣ ਵਾਲੀ ਚੰਗਾ ਹੁੰਦਾ ਸਿਹਤ ਵਾਸਤੇ ਬੁੜੀਆਂ ਨੂੰ ਕੀ ਪਤਾ ਮੀਟ ਬਾਰੇ ਹਾਂਜੀ ਬਾਪੂ ਜੀ ਬਾਪੂ ਜੀ ਪੂਰੇ ਪਿੰਡ 'ਚ ਸਤਿਕਾਰ ਹੈ ਆਪਣੇ ਪਰਿਵਾਰ ਦਾ ਕੋਈ ਕਮੀ ਪੇਸ਼ੀ ਨਹੀਂ ਹਾਂ ਇੱਜ਼ਤਦਾਰ ਬੰਦਿਆਂ 'ਚ ਨੌ ਹੈ ਆਪਣਾ ਬਾਪੂ ਬਸ ਇੱਕ ਤਾਏ ਕਾਲਾ ਟਿੱਕਾ ਬਾਪੂ ਆਪਣੇ ਖਾਨਦਾਨ 'ਤੇ ਲੋਕ ਟਿੱਚਰਾਂ ਕਰਦੇ ਵੀ ਹਾਕਮ ਸੋਹਣੇ ਮੁੰਡਾ ਛੜਾ ਹੀ ਰੱਖ ਲਿਆ ਓਏ ਮੈਂ ਤਾਂ ਬਥੇਰਾ ਰੋਇਆ ਸੀ ਇਹ ਕਹਿੰਦਾ ਬਾਪੂ ਮੈਂ ਤਾਂ ਡਾਕਟਰ ਬਣਨਾ ਆ ਬੈਠਿਆ ਡੰਗਰ ਡਾਕਟਰ ਬਣਿਆ ਜੇ ਕਿਤੇ ਕੁੜੀ ਹੁੰਦਾ ਨਾ ਉਹਨੂੰ ਕਿਤੇ ਵਿਆਹ ਵੂ ਕੇ ਫਾਹ ਵੱਢਿਆ ਹੁੰਦਾ ਇਹਦਾ ਹੁਣ ਤਾਂ ਡੰਗਰ ਦੇ ਕਦੇ ਉੱਥੇ ਹੱਥ ਲਾਤਾ ਕਦੇ ਉੱਥੇ ਹੱਥ ਲਾਤਾ ਬਾਪੂ ਮੈਂ ਗੋਡਰਨ ਕਰਦਾ ਐਡੀ ਗੱਲ ਆ ਤਾਂ ਮੈਂ ਅੱਡ ਹੋ ਜਾਣਾ ਜੇ ਤੁਹਾਡੀ ਸ਼ਾਨ 'ਚ ਇੰਨਾ ਹੀ ਫਰਕ ਪੈਂਦਾ ਤਾਂ ਦੋ ਮਾਰੂ ਸਾਲੇ ਦੇ ਕਰਨ ਤੇ ਪੱਕੀ ਜਾਂਦਾ ਹੈ ਮੈਨੂੰ ਪਤਾ ਤੂੰ ਜਿਹੜੇ ਡਾਲਰ ਕਮਾਉਣਾ ਚੁੱਪ ਕਰਕੇ ਰੋਟੀ ਖਾ ਲਾ ਬਹਿ ਕੇ ਨਹੀਂ ਤਾਂ ਮੈਂ ਤੇਰੀ ਥਾਲੀ ਜੀ ਚੱਕ ਲੂੰ ਇੱਥੋਂ ਹੱਥੋਂ ਆਓ ਥਾਲੀ ਬਾਪੂ ਬਾਈ ਦਾ ਵੀ ਤਾਏ ਵਾਲਾ ਹਾਲ ਨਾ ਹੋ ਜਾਏ ਇੱਕ ਕਾਲਾ ਟਿੱਕਾ ਤਾਂ ਨਜ਼ਰ ਤੋਂ ਹੁੰਦਾ ਦੋ ਕਾਲੇ ਟਿੱਕੇ ਤਾਂ ਜਲੂਸ ਲੱਗਣਗੇ ਬਾਈ ਦਾ ਵਿਆਹ ਕਰਾ ਦੀਏ ਯਾਰ ਤੇ ਲੈਜੈਂਡਰ ਦਾਰੂ ਪੀਂਦਾ ਜੀ ਸਾਡੇ ਬਾਪੂ ਜੀ ਵਾਂਗੂ ਬਹੁਤ ਤੇ ਕਹਿੰਦੇ ਲੀਵਰ ਫੇਲ ਹੋ ਗਏ ਤਾਂ ਮਰ ਗਿਆ ਤੇ ਕਈ ਕਹਿੰਦੇ ਬੁਖਾਰ ਸੀ